ਸਟਰਾ ਦਾ ਘੁੰਮਣ ਵਾਲਾ ਪੰਪ ਸਮੱਗਰੀ ਸਟਰਾ ਤੀਲਾ ਸੈਲੋ ਟੇਪ ਕੈਂਚੀ ਝਾੜੂ ਦੇ ਤੀਲੇ ਨੂੰ ਸਟਰਾ ਦੇ ਮੱਧ ਵਿੱਚ ਲੰਘਾ ਦਿਓ ਮੱਧ ਤੋਂ 2-2 ਸੈਂਟੀਮੀਟਰ ਦੂਰ ਦੋਵੇਂ ਪਾਸੇ ਇੱਕ ਨਿਸ਼ਾਨ ਲਗਾਓ ਇਹਨਾਂ ਦੋਵੇਂ ਨਿਸ਼ਾਨਾਂ ਉੱਪਰ ਕੈਂਚੀ ਨਾਲ ਥੋੜ੍ਹਾ ਥੋੜ੍ਹਾ ਕੱਟ ਲਗਾਓ ਇਹਨਾਂ ਕੱਟਾਂ ਤੋਂ ਸਟਰਾ ਨੂੰ ਮੋੜ ਦਿਓ ਅਤੇ ਇੱਕ ਤਿਕੋਣ ਬਣਾਓ ਸਟਰਾ ਦੇ ਉੱਪਰਲੇ ਸਿਰਿਆਂ ਨੂੰ ਸੈਲੋ ਟੇਪ ਨਾਲ ਜੋੜ ਦਿਓ ਤੁਹਾਡਾ ਘੁੰਮਣ ਵਾਲਾ ਪੰਪ ਤਿਆਰ ਹੈ ਇਸ ਨੂੰ ਪਾਣੀ ਦੇ ਬਰਤਨ ਵਿੱਚ ਰੱਖ ਕੇ ਤੀਲੇ ਨੂੰ ਉਂਗਲੀਆਂ ਨਾਲ